ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਮੇਰਾ ਨਾਮ ਅਨਿਲ ਕੁਮਾਰ ਹੈ ਭਾਈ, ਉਤਰਾਮ ਪੰਟੀ ਨਾਮ ਹੈ। ਕੀ ਗੱਲ ਹੋਈ ਸਾਰੀ ਇੱਥੇ? ਗੱਲ ਸਰ ਇਹ ਹੋਈ ਆ, ਇਹ ਪਹਿਲਾਂ ਆਏ ਆ ਸਾਡੇ ਕੋਲ ਕਚਹਿਰੀ ਦੇ ਬੰਦੇ, ਅਤੇ ਉਹ ਮੈਨੂੰ ਕਹਿਣ ਡੇ ਵੀ ਆਪਣਾ ਨਾ ਇਹ ਕਿਰਾਇਆ ਤੁਸੀਂ ਭਰਨਾ ਵਾ, ਅਤੇ ਆਪਣੇ ਕਾਗਜ਼ ਦਿਖਾਓ, ਆਪਾਂ ਮਕਾਨ ਖਾਲੀ ਕਰਾਉਣਾ ਆਏ ਤੁਹਾਡੇ ਕੋਲ। ਅਤੇ ਮੈਂ ਇਹਨਾਂ ਨੂੰ ਕਿਹਾ ਵੀ ਆਪਾਂ ਸੈਸ਼ਨ 'ਚੋਂ ਆਪਾਂ ਕੇਸ ਜਿੱਤ ਗਏ ਹਾਂ, ਅਤੇ ਫਿਰ ਤੁਸੀਂ ਕਿਸ ਤਰ੍ਹਾਂ ਖਾਲੀ ਕਰਾਓ? ਅਤੇ ਕਹਿੰਦੇ ਦਿਖਾਓ, ਆਪਾਂ ਸੈਸ਼ਨ ਦੇ ਜਿਹੜੇ ਜਿੱਤੇ ਉਹ ਕਾਗਜ਼ ਦਿਖਾਤੇ ਇਹਨਾਂ ਨੂੰ। ਅਤੇ ਉਸ ਤੋਂ ਬਾਅਦ ਕਹਿੰਦੇ ਬਈ ਆਹ ਸੈਸ਼ਨ ਦਾ ਜਿਹੜਾ ਤੁਸੀਂ ਕੇਸ ਜਿੱਤੇ ਹੋਏ ਆ, ਅਤੇ ਫਿਰ ਇਹ ਸੰਮਨ ਤੁਹਾਨੂੰ ਆਇਆ ਸੀ, ਅਤੇ ਇਹ ਕਿਰਾਏ ਦਾ ਸੰਮਨ ਆ, ਅਤੇ ਇਹ ਕਿਰਾਇਆ ਤੁਸੀਂ ਕਿਉਂ ਨਹੀਂ ਭਰਿਆ 3 ਸਾਲ ਦਾ? ਆਪਾਂ ਕਿਹਾ ਜੱਜ ਸਾਹਿਬ ਨੇ ਸਾਨੂੰ ਟਾਈਮ ਦਿੱਤਾ ਵੀ 1/11 ਤੱਕ ਤੁਸੀਂ ਕਿਰਾਇਆ ਨਹੀਂ ਭਰੋਗੇ। ਉੱਥੇ ਵੀ ਲਿਖਿਆ, ਕਾਗਜ਼ 'ਤੇ ਵੀ ਲਿਖਿਆ ਸੀ ਜਿਹੜਾ ਲੈ ਕੇ ਆਏ ਆ, ਬਈ 1/11 ਤੱਕ ਤੁਸੀਂ ਕਿਰਾਇਆ ਨਹੀਂ ਭਰੋਗੇ ਅਤੇ ਤੁਹਾਡਾ ਮਕਾਨ ਖਾਲੀ ਕਰ ਦਿੱਤਾ ਜਾਵੇਗਾ। ਅਤੇ ਮੈਂ ਉਹਨਾਂ ਨੂੰ ਇਹੀ ਕਹਿਣਾ ਵੀ 1/11 10 ਦਿਨ ਪਏ ਆ, ਤੁਹਾਨੂੰ ਦੋ ਤੁਸੀਂ 10 ਦਿਨ ਦਾ ਨਾ ਦਿਓ, 2 ਦਿਨ ਦਾ ਟਾਈਮ ਦੇ ਦਿਓ, 1 ਦਿਨ ਦਾ ਦੇ ਦਿਓ। ਮੈਂ ਵਕੀਲ ਸਾਹਿਬ ਨੂੰ ਮਿਲ ਕੇ ਆਇਆ ਅਤੇ ਉਹਨਾਂ ਨੂੰ ਪੁੱਛ ਲਾਂ ਵੀ ਕੀ ਹੱਲ ਕਿਹਦਾ ਕੀਤਾ ਜਾਵੇ, ਉਹ ਗੱਲ ਹੀ ਨਹੀਂ ਸੁਣਨ ਡੇ। ਉੱਪਰੋਂ ਮੈਂ ਕਚਹਿਰੀ ਵੀ ਗਿਆ ਚੇਚਾ ਵਕੀਲ ਸਾਹਿਬ ਨੂੰ ਮਿਲ ਕੇ ਆਇਆ, ਅਤੇ ਆ ਕੇ ਮੈਂ ਇਹਨਾਂ ਨੂੰ ਕਿਹਾ ਭਾਈ ਵੀ ਸਾਨੂੰ 1 ਦਿਨ ਦਾ ਟਾਈਮ ਦਿਓ, ਵੀ ਉਹ ਮੈਨੂੰ ਵਕੀਲ ਸਾਹਿਬ ਮਿਲਣ ਨਹੀਂ ਡੇ, ਠੀਕ ਆ, ਅਤੇ ਫੋਨ 'ਤੇ ਗੱਲ ਹੋਣ ਡੀ ਉਹਨਾਂ ਦੀ ਮੇਰੀ, ਅਤੇ ਤੁਸੀਂ 1 ਦਿਨ ਦਾ ਟਾਈਮ ਦਿਓ। ਇਹਨਾਂ ਨੇ ਇਹ ਕਿਹਾ ਨਹੀਂ, ਧੱਕੇਸ਼ਾਹੀ ਕਰਨ ਪਏ। ਇੰਨੀ ਦੇਰ ਕਿੰਨਾ ਨੇ ਧੱਕੇਸ਼ਾਹੀ ਕੀਤੀ ਤੁਹਾਨੂੰ? ਧੱਕੇਸ਼ਾਹੀ ਇੱਕ ਮੁਲਾਜ਼ਮ ਸੀ, ਕਚਹਿਰੀ ਦਾ ਮੁਲਾਜ਼ਮ, ਠੀਕ ਆ, ਅਤੇ ਇੱਕ ਮੋਹਣਾ ਸੀ ਆਪ, ਅਤੇ ਇਹਨਾਂ ਦੀ ਮੰਮੀ ਸੀ, ਅਤੇ ਉਹ ਮੰਮੀ ਇਹਨਾਂ ਦੇ ਥੱਲੇ ਚਲੇ ਗਏ। ਅੱਗ ਲੱਗਣ ਦਾ ਕਾਰਨ? ਅੱਗ ਲੱਗਣ ਦਾ ਕਾਰਨ ਆ ਧੱਕੇਸ਼ਾਹੀ ਦੇ ਵਿੱਚ ਸਾਡੀ ਜਗ੍ਹਾ ਗਈ, ਉੰਨੀ ਕੁ ਰਸੋਈ ਵੀ ਉੰਨੀ ਗਾ, ਬੱਚਾ ਫੜਿਆ ਆਇਆ ਉੱਪਰੋਂ, ਠੀਕ ਆ, ਲੜਦੇ ਲੜਦੇ ਉਹ ਪੈਪ ਲੱਥ ਗਈ ਉਹਦੀ, ਅਤੇ ਉੱਪਰੋਂ ਅੱਗ ਲੱਗ ਗਈ ਇੱਕਦਮ। ਉਹਨਾਂ ਵੱਲੋਂ ਕਹਿਣਾ ਕਿ ਅੱਗ ਤੁਸੀਂ ਲਾਈ ਹੈ? ਹਾਂਜੀ, ਉਹਨਾਂ ਵੱਲੋਂ ਕਹਿਣਾ ਤੁਸੀਂ ਅੱਗ ਲਾਈ? ਉਹਨਾਂ ਵੱਲੋਂ ਕਹਿਣਾ ਹੀ ਕਹਿਣਾ ਉਹਨਾਂ ਨੇ ਤਾਂ, ਉਹਨਾਂ ਨੇ ਤਾਂ ਕਹਿਣਾ ਹੀ ਕਹਿਣਾ ਸਰ। ਮੈਂ ਤਾਂ ਇਹਨਾਂ ਨੂੰ ਬੜੀ ਮੁਸ਼ਕਿਲ, ਕਿੰਨਾ ਕੁ ਹੋਇਆ ਸੀ ਸਾਡਾ? ਸਾਰਾ ਨੁਕਸਾਨ, ਸਾਡਾ ਸਾਰਾ ਨੁਕਸਾਨ, ਸਾਰਾ ਪਤਾ ਨਹੀਂ ਕਿੰਨਾ ਕੁਛ ਕਿਤਰਾ ਕਿਤਰਾ ਕਰਕੇ ਤਨਖਾਹਾਂ ਜੋੜ ਕੇ, ਪਤਾ ਨਹੀਂ ਕਿਤਰਾ ਕਿਤਰਾ ਕਰਕੇ ਆਪਾਂ ਚੀਜ਼ਾਂ ਬਣਾਈਆਂ, ਅਤੇ ਉੱਪਰੋਂ ਮਕਾਨ ਵੀ ਸਾਡੇ ਉੱਥੋਂ ਗਿਆ, ਅਤੇ ਉੱਪਰੋਂ ਕੀ ਹੁਣ ਤੁਸੀਂ ਪ੍ਰਸ਼ਾਸਨ ਨੂੰ ਕੀ ਮੰਗ ਕਰਨਾ ਚਾਹੁੰਦੇ ਜੀ? ਹੁਣ ਮੰਗ ਇਹੀ ਕਰਨਾ ਚਾਹੁੰਦੇ ਵੀ ਸਾਨੂੰ ਬੱਚੇ ਆ ਨਿੱਕੇ ਨਿੱਕੇ ਰਹਿਣ ਨੂੰ ਸਾਨੂੰ ਦੋ ਦੋ ਕਮਰੇ ਮਿਲ ਜਾਣ, ਵੀ ਜਿੱਥੇ ਆਪਾਂ ਆਪਣੇ ਦੋ ਭਰਾ ਆਰਾਮ ਨਾਲ ਗੁਜ਼ਾਰਾ ਕਰ ਸਕੀਏ। ਹਾਂਜੀ, ਕੀ ਨਾਮ ਤੁਹਾਡੇ? ਵੀਰਨਾ। ਹਾਂਜੀ, ਕੀ ਕਰ ਰਹੇ? ਇਹ ਜੀ ਸਾਗੋ ਸਾਡੇ ਨਾਲ ਅਸੀਂ 65 ਸਾਲ ਹੋ ਗਏ ਇੱਥੇ ਰਹਿੰਦੇ ਹੋਏ, ਅਤੇ ਇਹਨਾਂ ਮੁੰਡੇ ਸਾਡੇ ਕੇਸ ਜਿੱਤ ਵੀ ਗਏ ਆ, ਅਤੇ ਸੈਸ਼ਨ 'ਚ ਵੀ ਜਿੱਤ ਗਏ ਆ, ਅਤੇ ਸਟੇ ਵੀ ਸਾਨੂੰ ਮਿਲ ਗਿਆ ਸੀ, ਅਤੇ ਹੁਣ ਕਿਰਾਏ ਦਾ ਹੋਇਆ ਸੀ ਇਹਨਾਂ ਨੇ ਦਿੱਤਾ, ਅਤੇ ਅਸੀਂ ਕਿਰਾਇਆ ਵੀ ਭਰਤਾ ਆ ਵਕੀਲ ਨੂੰ ਦਿੱਤਾ। ਹੁਣ ਇਹ 1/11 ਤਰੀਕ ਪਈ ਇਹਨਾਂ ਦੀ, ਉਦੋਂ ਉਸ ਆਉਣ ਤੋਂ ਪਹਿਲਾਂ ਅੱਜ ਸਰਕਲ ਆ ਗਏ ਖਾਲੀ ਕਰਾ ਦਿਓ, ਐਡੇ ਟਾਈਮ ਖਾਲੀ ਕਰਾ ਦਿਓ ਹੁੰਦੇ ਆ। ਕੌਣ ਆਇਆ ਖਾਲੀ ਕਰਾ? ਇਹ ਕੌਣ ਆਇਆ? ਇੱਥੋਂ ਕਚਹਿਰੀ ਆਏ, ਕਚਹਿਰੀ ਆਏ, ਪੁਲਿਸ ਆਈ ਤੇ ਨਾਲ ਦੋ ਬੰਦੇ ਆ, ਪੁਲਿਸ ਹੀ ਸੀ, ਨਹੀਂ ਪੁਲਿਸ ਨਹੀਂ, ਕੌਣ ਹੋਰ ਹੀ, ਤੇ ਦੋ ਬੰਦੇ ਨਾਲ ਆਏ ਆ, ਤੇ ਇਹ ਮਾਲ ਮਕਾਨ ਦਾ ਮੁੰਡਾ ਨਾਲ ਆਇਆ, ਉਹਦੀ ਮੰਮੀ ਵੀ ਨਾਲ ਆਈ ਸਾਡੇ ਘਰ, ਹੈਂ, ਤੇ ਸਾਡੇ ਕਹਿੰਦੇ ਐਡੇ ਟਾਈਮ ਖਾਲੀ ਕਰ ਦਿਓ, ਅਸੀਂ ਸਮਾਨ ਸਿੱਟਣ ਲੱਗੇ ਬਾਹਰ, ਏਦਾਂ ਕੋਈ ਹੁੰਦਾ? ਅੱਗ ਕਿੱਦਾਂ ਲੱਗੀ? ਇਹ ਅੱਗ ਲੱਗੀ, ਅਸੀਂ ਚਾਹ ਬਣਾਉਂਦੇ ਹਾਂ, ਬੱਚੇ ਦੁੱਧ ਅੱਧ ਗਰਮ ਕਰਦੇ ਪਈਆਂ, ਹੈਂ, ਤੇ ਹੱਥ ਪਾਈ ਪੈ ਗਏ ਨਾਲ, ਫਟਾਫਟ ਖਾਲੀ ਕਰ ਸਮਾਨ ਚੁੱਕਾ, ਇੱਕ ਕਚਹਿਰੀ ਹੋ ਕੇ ਆਇਆ, ਵਕੀਲ ਨੂੰ ਮਿਲ ਕੇ ਆਇਆ, ਇੱਕ ਕਚਹਿਰੀ ਹੋ ਕੇ ਆਇਆ ਹੀ ਆ, ਵਕੀਲ ਨਾਲ ਮਿਲ ਕੇ ਗੱਲ ਕਰਕੇ ਆਇਆ, ਹੈਂ, ਤੇ ਆਉਂਦੇ ਕਹਿੰਦਾ ਖਾਲੀ ਕਰ ਖਾਲੀ ਕਰ ਫਟਾਫਟ ਖਾਲੀ ਕਰ, ਇਹ ਕਹਿੰਦੇ ਇੱਦਾਂ ਤੁਹਾਡਾ ਦੋ ਦਿਨ ਟਾਈਮ ਦਿਓ ਤੁਸੀਂ ਸਾਨੂੰ, ਦੋ ਦਿਨ ਦਾ ਟਾਈਮ ਸਾਨੂੰ ਦਿਓ ਅਸੀਂ ਖਾਲੀ ਕਰ। ਕਿੰਨਾਂ ਨੇ ਹਮਲਾ ਕੀਤਾ? ਇਹਨਾਂ ਨੇ ਹਮਲਾ ਕੀਤਾ ਸਾਡੇ ਤੇ, ਇਹਨਾਂ ਨੇ ਹਮਲਾ ਕੀਤਾ ਕਿ ਤੁਸੀਂ ਖਾਲੀ ਕਰੋਗੇ ਨਹੀਂ ਤਾਂ ਘਰ ਸਾੜਾਂਗੇ, ਮਾਲਮ ਕਾਨ ਮੋਣਾ ਮੋਣਾ। ਕਿੱਥੇ ਰਹਿੰਦੇ ਨੇ? ਇਹ ਗਲੀ 'ਚ ਹੀ ਆ। ਕਿੱਥੇ? ਕਿਹੜੀ ਜਗ੍ਹਾ? ਇਹ ਗਲੀ 'ਚ ਚਾਰ ਵਾਲੇ ਥੱਲੇ ਹੈ ਨਾ, ਉਹਨਾਂ ਨੂੰ ਕਿਹੜੀ ਜਗ੍ਹਾ ਤੇ? ਕਿਹੜੀ ਜਗ੍ਹਾ ਤੇ? ਇਹ ਕਰਮ ਸਿੰਘ ਗਲੀ, ਕਰੋੜ ਚੌਂਕ, ਕਰਮ ਸਿੰਘ ਗਲੀ। ਕੀ ਹੁਣ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਤੁਸੀਂ? ਅਸੀਂ ਮੰਗ ਕਰਦੇ ਸਾਨੂੰ ਜਗ੍ਹਾ ਦਿਓ ਬੈਠਣ ਨੂੰ, 60 ਸਾਲ ਹੋ ਗਏ ਸਾਨੂੰ, ਜਗ੍ਹਾ ਦਿਓ ਬੈਠਣ ਨੂੰ, ਅਸੀਂ ਕਿੱਥੇ ਜਾਈ ਨਿੱਕੇ ਨਿੱਕੇ ਬੱਚੇ ਲੈ ਕੇ, ਕਿਸੇ ਸ਼ੋਹਕਾਰ ਦੇ ਹੈਗੇ ਨਹੀਂ, ਗਰੀਬ ਬੰਦੇ ਹੈਗੇ ਅਸੀਂ। ਸ਼ਰਮਾ ਜੀ, ਸੇਵਾ ਸੋਸਾਇਟੀ 5 ਗੇਟ ਅਵਸਥੀ ਰਾਮ ਤੋਂ ਆਏ ਹਾਂ। ਇਸ ਤਰ੍ਹਾਂ ਅੱਗ ਲੱਗੀ ਹੈ ਤੇ ਕੀ ਕਾਰਨ ਹੈ ਅੱਗ ਲੱਗਣ ਦਾ? ਦੇਖੋ ਜੀ, ਸਿਲੰਡਰ ਬਲਾਸਟ ਹੋਏ ਅੰਦਰ, ਦੋ ਸਿਲੰਡਰ ਹੋਏ ਆ, ਉਹਨਾਂ ਕਰਕੇ ਅੱਗ ਜ਼ਿਆਦਾ ਲੱਗ ਗਈ। ਕਿੰਨੀ ਕੁ ਮੁਸ਼ਕਿਲ ਆਈ ਅੱਗ ਬੁਝਾਉਣ ਦੇ ਵਿੱਚ? ਮੁਸ਼ਕਿਲ ਤਾਂ ਕਾਫੀ ਆਈ ਹੈ ਜੀ, ਲੋਕਾਂ ਦੇ ਕੋਠੇ ਟੱਪ ਟੱਪ ਅੱਗ ਬੁਝਾਈ ਹੈ, ਬਾਕੀ ਛੱਤਾਂ ਮਿੱਟੀ ਦੀਆਂ ਆਈ, ਛੱਤਾਂ ਵੀ ਥੱਲੇ ਆ ਗਈਆਂ। ਕਿੰਨੇ
ਕਦੋਂ ਤੁਹਾਨੂੰ ਪਤਾ ਲੱਗਿਆ ਤੇ ਕਿੰਨੇ ਚਿਰ ਚ ਕੰਟਰੋਲ ਕੀਤਾ? ਦੇਖੋ 2 ਘੰਟੇ ਲੱਗ ਗਏ ਅੱਗ ਦੇ ਉੱਤੇ ਕਾਬੂ ਪਾਉਣ ਵਿੱਚ। ਤੇ ਕਿੰਨਾ ਕੁ ਨੁਕਸਾਨ ਹੋ ਗਿਆ? ਨੁਕਸਾਨ ਦਾ ਕੁਝ ਨਹੀਂ ਪਤਾ, ਨੁਕਸਾਨ ਮਾਲਕ ਦੱਸਣਗੇ। ਮੇਰਾ ਨਾਮ ਦਵਿੰਦਰ ਸਿੰਘ ਭਾਟੀਆ। ਕੀ ਗੱਲ ਹੋਈ ਆ ਜੀ ਅੱਜ? ਅੱਜ ਬਸ ਉਹ ਜੀ ਅਦਾਲਤ ਤੋਂ ਆਏ ਸਨ ਸਾਹਿਬ ਬਹਾਦਰ ਪੇਟੀ ਵਾਲੇ, ਉਹ ਪਹਿਲਾਂ ਕੋਠੇ ਗਏ, ਇਹਨੂੰ ਪੁੱਛਿਆ ਜਾ ਕੇ ਬਈ ਤੁਸੀਂ ਇਹ ਤੁਹਾਡੇ ਕੋਰਟ ਦੇ ਆਰਡਰ ਆਏ ਨੇ ਅਤੇ ਖਾਲੀ ਕਰ ਦਿਓ। ਉਹ ਮੁੜ ਕੇ ਉਹਦਾ ਮੁੰਡਾ ਸੁਣਿਆ ਕਚਹਿਰੀ ਲੈਣ ਗਿਆ, ਸਟੇਅ ਲੈਣ ਗਿਆ, ਉਹਨਾਂ ਸਟੇਅ ਉੱਥੋਂ ਨਹੀਂ ਦਿੱਤਾ ਉਹਨਾਂ ਨੇ। ਘਰ ਆਇਆ ਵਾ, ਘਰ ਆ ਕੇ ਉਹਨੇ ਸਾਰ ਬਾਰੇ ਜਿਹੜੇ ਪੇਟੀ ਬੈਲਟ ਲਾ ਕੇ ਆਏ ਸਨ, ਪਹਿਲਾਂ ਉਹਨਾਂ ਦਾ ਮੱਥਾ ਮਾਰਿਆ। ਅਸੀਂ ਨਹੀਂ ਕੋਠੇ ਗਏ, ਮੈਂ ਕੋਈ ਸਾਡੇ ਘਰੋਂ ਕੋਠੇ ਨਹੀਂ ਗਿਆ, ਮੇਰੀ ਸਵਾਈ ਘਰ, ਮੇਰੀ ਮਾਤਾ ਮੇਰੀ ਘਰ ਦੀ ਗਈ ਹੈ ਅਤੇ ਮੇਰਾ ਵੱਡਾ ਕਾਕਾ ਸੀ ਉਹ ਵੀ ਥੱਲੇ ਆ ਗਿਆ ਸੀ। ਉਹਨਾਂ ਨੇ ਦਿਮਾਗ 'ਤੇ ਉਹਨਾਂ ਸੱਟ ਲਾਈ ਆ, ਉਹਦੀ ਦਸਤਾਰ ਲਾਈ ਆ, ਉਹ ਦਸਤਾਰ ਲਾ ਕੇ ਫਟਾਫਟ ਥੱਲੇ ਆ ਗਏ ਨੇ। ਇੱਥੇ ਆ ਕੇ ਉਹਨਾਂ ਨੇ ਦਸਤਾਰ ਬੰਨੀ ਹੈ ਅਤੇ ਉਸ ਤੋਂ ਬਾਅਦ ਇਹਨਾਂ ਨੇ ਸਿਲੰਡਰ ਉਰੇ ਕਰਕੇ ਅਤੇ ਉਹਨਾਂ ਨੇ ਅੱਗ ਲਾ ਦਿੱਤੀ। ਝੂਠ ਮਾਰ ਦੇ ਉਹ ਲੀਡਰ ਸਾਹਿਬ ਜਿਹੜੇ ਆਏ ਸਨ ਉਹ ਹੀ ਦੱਸਣਗੇ ਸੱਚਾਈ ਤੇ। ਹਾਂਜੀ, ਸਿਲੰਡਰ ਉਹਨਾਂ ਨੇ ਆਪ ਖੁਦ ਆਪਣੇ ਸਿਲੰਡਰ ਨਾਲ ਆਪ ਅੱਗ ਲਾ ਕੇ ਅਤੇ ਆਪ ਇਹਨਾਂ ਨੇ ਬਾਹਰਲੇ ਕਮਰੇ 'ਚ ਲਿਆ ਕੇ ਅਤੇ ਅੱਗ ਲਾਈ। ਪਹੀ ਹੋਈ ਸੀ ਪਹਿਲੀ ਤਰੀਕ ਤੱਕ, ਮਤਲਬ ਨਹੀਂ ਆ ਸਕਦਾ ਕਿਸ ਤਰ੍ਹਾਂ ਡੇਟ ਪਹਿਲੀ ਪਈ ਹੋਈ ਹੈ ਤੇ ਨਾ ਇਹਨਾਂ ਕਿੰਨੀਆਂ ਤਰੀਕਾਂ ਪੈ ਗਈਆਂ ਸਾਹਿਬ ਬਹਾਦਰ, ਬਹੁਤ ਤਰੀਕਾਂ ਪਈਆਂ। ਨਹੀਂ 1 ਨਵੰਬਰ ਦੀ ਤਰੀਕ ਪਈ ਸੀ, ਉਹਦੇ ਬਾਰੇ ਮੈਨੂੰ ਕਿਸੇ ਦਾ ਨਹੀਂ ਪਤਾ। ਕਾਕਾ ਮੇਰਾ ਕੇਸ ਲੜਦਾ ਸੀ, ਉਹ ਹੀ ਜਾਂਦਾ ਸੀ ਕਿ ਚਾਹੀਦਾ। ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਦਵਿੰਦਰ ਸਿੰਘ। ਤੁਹਾਡੇ ਕਾਕੇ ਦਾ ਕੀ ਨਾਮ? ਮਨਮੋਹਨ ਸਿੰਘ ਜੀ। ਬਿਲਡਿੰਗ ਤੁਹਾਡੀ ਹੈ? ਹਾਂਜੀ, ਕਾਕੇ ਮੇਰੇ ਨਾਮ ਦੇ। ਇਹ ਜੀ ਕੋਈ ਕੋਰਟ ਦੇ ਆਰਡਰਾਂ ਦੇ ਨਾਲ ਨਾ ਕੋਰਟ ਦੀ ਟੀਮ ਆਈ ਸੀ, ਬੈਲ ਪਾਇਆ ਸੀਗਾ। ਇਹ ਕਹਿੰਦੇ ਵੀ ਇੱਥੇ ਕੋਈ ਝਗੜਾ ਹੋਇਆ, ਝਗੜਾ ਹੋਣ ਤੋਂ ਬਾਅਦ ਇਮੀਡੀਏਟਲੀ ਇੱਥੇ ਅੱਗ ਲੱਗੀ ਆ, ਮਤਲਬ ਇਹ ਸ਼ੱਕ ਜਤਾ ਰਹੇ ਵੀ ਸ਼ਾਇਦ ਅੱਗ ਲਾਈ ਕਿਸੇ ਨੇ। ਚਲੋ ਵਾਹਿਗੁਰੂ ਦੀ ਕਿਰਪਾ ਨਾਲ 95% ਅੱਗ 'ਤੇ ਕਾਬੂ ਪੈ ਗਿਆ, ਅੱਗ ਵੀ ਬੁਝ ਗਈ, ਜਾਨੀ ਮਾਨੀ ਨੁਕਸਾਨ ਕੋਈ ਨਹੀਂ ਹੋਇਆ ਐਜ਼ ਪਰ ਲੋ। ਇਹ ਕਹਿ ਰਹੇ ਨੇ, ਦੇਖੋ ਉਹਨਾਂ ਨੇ ਥੋੜ੍ਹਾ ਫਾਇਰ ਬ੍ਰਿਗੇਡ ਵਾਲਿਆਂ ਨੇ ਵੀ ਕਿਹਾ ਵੀ ਇੱਕ ਸਿਲੰਡਰ ਸ਼ਾਇਦ ਫਟਿਆ ਆ, ਤੇ ਆਪਾਂ ਦੇਖ ਲੈਂਦੇ ਵੀ ਸਿਲੰਡਰ ਇੱਕ ਫਟਿਆ ਜਾਂ 2 ਫਟੇ। ਤੇ ਇਹਨਾਂ ਦਾ ਝਗੜਾ ਚੱਲਦਾ ਭਾਈ, ਕੋਈ ਮਾਲਾ ਮਕਾਨ ਕਰਾਇਆ ਜਾਂ ਕਹਿੰਦੇ ਕਾਫੀ ਦੇਰ ਤੋਂ ਚੱਲ ਰਿਹਾ ਹੈ, ਕਿਹੜੀ ਕੰਪਲੇਂਟਾਂ ਦਿੱਤੀਆਂ? ਇਸ ਚੀਜ਼ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਇਹਨਾਂ ਦਾ ਮਾਮਲਾ ਕੋਰਟ ਦੇ ਵਿੱਚ ਪੈਂਡਿੰਗ ਸੀਗਾ ਤੇ ਕੋਰਟ ਦੇ ਆਰਡਰਾਂ ਨਾਲ ਹੀ ਕੋਈ ਕੋਰਟ ਦੀ ਟੀਮ ਆਈ ਸੀ ਤੇ ਆਪਾਂ ਨੂੰ ਜਦੋਂ ਕੋਰਟ ਦੇ ਜਿਹੜੇ ਆਫੀਸਰ ਆਏ ਸੀ ਕਿ ਉਹ ਜੋ ਬਿਆਨ ਦੇਣਗੇ ਨਾ ਉਸ ਹਿਸਾਬ ਦੇ ਨਾਲ ਬਣਦੀ ਕਾਰਵਾਈ ਹੋਊ। ਜੇ ਕਿਸੇ ਨੇ ਕੋਰਟ ਦੇ ਆਰਡਰਾਂ ਦੀ ਕੋਈ ਉਲੰਘਣਾ ਕੀਤੀ ਆ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਹੋਊ। ਸਰ ਇਹਨਾਂ ਦਾ ਨਾਮ ਮਾਲਮ ਖਾਨਾ ਦਾ ਜਾਂ ਇਹਨਾਂ ਦਾ ਦੋਨਾਂ ਜਿਹੜਾ ਝਗੜਾ ਉਹਨਾਂ ਦਾ ਨਾਮ ਆਪਣਾ ਮਨਮੋਹਨ ਸਿੰਘ ਨੇ ਕੇਸ ਕੀਤਾ ਸੀ, ਮਨਮੋਹਨ ਸਿੰਘ ਨੇ ਤੇ ਦੂਸਰਾ ਬੰਟੀ ਆ ਸਰ ਦੱਸ ਦਿਓ ਮਨਮੋਹਨ ਸਿੰਘ ਜੀ ਤੇ ਉਹਦੇ ਜਿਹੜੇ ਅਪੋਜਿਟ ਪਾਰਟੀ ਜਿਹੜਾ ਕਿਰਾਏਦਾਰ ਸੀ ਉਹਦਾ ਨਾਮ ਸ਼ਾਇਦ ਬੰਟੀ ਹੈ, ਬਾਕੀ ਪ੍ਰੋਪਰ ਸਾਨੂੰ ਪਤਾ ਲੱਗ ਜਾਊ ਕੋਈ ਰਿਟਰਨ ਦੇ ਵਿੱਚ ਆ ਜਾਵੇ। ਠੀਕ, ਪਲੀਜ਼ ਸਬਸਕ੍ਰਾਈਬ ਅਵਰ ਚੈਨਲ ਫੋਰ ਮੋਰ ਅਪਡੇਟਸ, ਯੂ ਕੈਨ ਫੋਲੋ ਅਸ ਟਵਿੱਟਰ ਐਂਡ ਫੇਸਬੁੱਕ। ਕਾਲੇ ਇਲਮ ਅਤੇ ਰੂਹਾਨੀ ਇਲਮ ਦੇ ਮਾਹਿਰ ਬਾਬਾ ਰਹਿਮਤ ਖਾਨ 2 ਘੰਟੇ 'ਚ ਘਰ ਬੈਠੇ ਸਮਾਧਾਨ, ਵਸ਼ੀਕਰਨ ਕਰਨਾ ਜਾਂ ਤੋੜਨਾ, ਪਿਆਰ ਵਿੱਚ ਧੋਖਾ ਲਵ ਮੈਰਿਜ, ਪਤੀ ਪਤਨੀ ਵਿੱਚ ਅਣਬਣ, ਸੋਤਨ ਦੁਸ਼ਮਣ ਦਾ ਨਾਸ਼ ਅਤੇ ਲਾਟਰੀ ਨੰਬਰ ਦੇ ਮਾਹਿਰ ਬਾਬਾ ਰਹਿਮਤ ਖਾਨ। ਧੋਖਾ ਖਾਧੇ ਲੋਕ ਸਾਨੂੰ ਇੱਕ ਵਾਰ ਫੋਨ ਜ਼ਰੂਰ ਕਰੋ ਸੰਪਰਕ 70 3 49 98 81।